अक्सर आप देखते होंगे कि कई लोग बेसहारा अते बेजुबान जानवरों की देखभाल बड़े ही प्यार दे नाल करते होंगे ने। अजिही एक महिला दे नाल अज असीं तुहानूं मिलवाण जा रहे हैं जो कि एक मुसलमान परिवार दे नाल संबंध रखती है अते बेसहारा गावां दे लई उसने गऊशाला भी बनाई हुई है। उस मुस्लिम परिवार जिसने अपने घर विच ही बेसहारा गावां लई गऊशाला बनाई है गावां दी सांभ संभाल कर रहे हैं। उन्होंने दस्या कि 40 साल की उम्र के करीब उन्हां दी हो चुकी है अते उन्होंने कई बेसहारा गावां नूं सहारा दिता अते हजे तक अपना विआह भी नहीं कराया। 2007 तो लैके हुण तक 2022 च उन्होंने 85 लाख तो ज़्यादा रुपए खर्च कर चुके हैं। बिना किसी स्वार्थ तो सलमा नाम की मुस्लिम लड़की ने जिसने पॉलीटेक्निकल साइंस च MA की सी चंगी पढ़ाई लिखाई होने के बावजूद भी वह इन्हां गावां का गोहा इकट्ठा कर रही है। इस सब ते गावां की सांभ संभाल करन वाली सलमा का की कहना सी वह भी तुसी सुन लो। ਕਿੰਨੇ ਕੁ ਸਾਲਾਂ ਤੋਂ ਤੁਸੀਂ ਜਿਹੜੀ ਕਿ ਪਸ਼ੂਆਂ ਦੀ ਸੇਵਾ ਕਰ ਰਹੇ ਹੋ? 2007 ਤੋਂ ਅਗਸਤ ਤੋਂ ਸ਼ੁਰੂ ਕੀਤਾ ਸੀ, ਇੱਕ ਬਲਦ ਤੋਂ ਨੰਦੀ ਤੋਂ ਅਤੇ ਰੈਗੂਲਰ ਜਾਰੀ ਹੈ, ਗਊ ਬੱਚੇ ਆਉਂਦੇ ਰਹਿੰਦੇ ਆ। ਅਤੇ ਤੁਹਾਡੇ ਇੱਥੇ ਕਿੰਨੇ ਕੁ ਜਿਹੜੇ ਹੈਗੇ ਨੇ ਪਸ਼ੂ ਨੇ ਇੱਥੇ? 37 ਨੇ। ਅੱਛਾ, ਅਤੇ ਇਹਨਾਂ ਦੇ ਰੱਖ ਰਖਾਵ ਲਈ ਤੁਸੀਂ ਕਿੰਨੇ ਕੁ ਪੈਸੇ ਲਾ ਚੁੱਕੇ ਹੋ? 85 ਲੱਖ ਬੈਲੈਂਸ ਸੀ ਜਿਹੜਾ, 6 ਲੱਖ ਬੈਲ ਮਤਲਬ ਬਚਿਆ ਹੁਣ, ਟੋਟਲੀ ਸਾਰਾ ਲਾ ਚੁੱਕੇ ਹਾਂ। ਬਾਕੀ ਜਿਹੜੀ ਮੰਥਲੀ ਪੈਨਸ਼ਨ ਆਉਂਦੀ ਉਹ ਵੀ ਨਾਲ ਲੱਗਦੀ ਹੈ। ਤੁਸੀਂ ਕੋਈ ਇਨਕਮ ਦੇ ਲਈ ਕਰ ਰਹੇ ਹੋ ਜਾਂ ਬਿਲਕੁਲ ਨਿਸ਼ਕਾਮ ਸੇਵਾ? ਨਹੀਂ, ਨਿਸ਼ਕਾਮ ਆ, ਕੋਈ ਪ੍ਰੋਫਿਟ ਨਹੀਂ ਹੈ, ਕੋਈ ਦੁੱਧ ਨਹੀਂ ਵੇਚਦੀ। ਜੇ ਮਤਲਬ ਕੋਈ ਗਊ ਸੂ ਵੀ ਪੈਂਦੀ ਹੈ ਤਾਂ ਦੁੱਧ ਤਾਂ ਬੱਚੇ ਨੂੰ ਦਿੰਦੇ ਹਾਂ, ਕੋਈ ਵੇਚਦੇ ਨਹੀਂ, ਆਪ ਨਹੀਂ ਪੀਂਦੇ, ਆਪ ਮੁੱਲ ਦਿੰਦੇ ਹਾਂ। ਅੱਛਾ, ਅਤੇ ਇਹਨਾਂ ਨੂੰ ਕੋਈ ਜਦੋਂ ਕਿ ਕਿਸੇ ਦੀ ਇੱਥੋਂ ਮੌਤ ਹੋ ਜਾਂਦੀ ਕਿਸੇ ਪਸ਼ੂ ਦੀ ਇਹਨਾਂ ਵਿੱਚੋਂ, ਫਿਰ ਤੁਸੀਂ ਕੀ ਕਰਦੇ? ਘਰ 'ਚ ਹੀ ਦਫਨਾਉਂਦੇ ਹਾਂ, ਕਿਉਂਕਿ ਬਾਹਰ ਜਗ੍ਹਾ ਨਹੀਂ ਹੈ, ਬਾਹਰ 'ਚ ਪ੍ਰੋਬਲਮ ਹੈ, ਲੋਕ ਪ੍ਰੋਬਲਮ ਕ੍ਰੀਏਟ ਕਰਦੇ ਆ ਵੀ ਸ਼ਾਮ ਲਾਟ 'ਚ ਨਹੀਂ ਦਫਨਾਉਣ ਦਿੰਦੇ, ਘਰ 'ਚ ਹੀ ਦਫਨਾਉਂਦੇ ਹਾਂ। ਅੱਛਾ, ਕਿਸੇ ਨੇ ਹੁਣ ਤੱਕ ਤੁਹਾਡੀ ਕੋਈ ਮਦਦ ਕੀਤੀ ਹੋਵੇ ਕਿਸੇ ਸੰਸਥਾ ਨੇ? ਨਾ ਜੀ, ਕੋਈ ਸੰਸਥਾ ਨੇ ਨਹੀਂ। ਪੰਜਾਬ ਗੌਰਮੈਂਟ ਨੇ, ਕੈਪਟਨ ਸਰਕਾਰ ਨੇ ਇੱਕ ਵਾਰ ਅਵਾਰਡ ਦਿੱਤਾ ਸੀ ਪੰਜਾਬ ਸਟੇਟ ਲੈਵਲ ਅਵਾਰਡ, ਦੇ ਵਿੱਚ 11,000 ਦਾ ਚੈੱਕ ਸੀ, ਸਨਮਾਨ ਚਿੰਨ੍ਹ ਸੀ, ਇਸ ਤੋਂ ਬਿਨਾਂ ਕੋਈ ਕਦੇ ਸਹਾਇਤਾ ਨਹੀਂ। ਤੁਸੀਂ ਹੁਣ ਤੱਕ ਮੈਰਿਜ ਕਿਉਂ ਨਹੀਂ ਕਰਾਈ? ਮੈਰਿਜ ਇਹਨਾਂ ਨੂੰ ਛੱਡਣ ਦੀ ਸ਼ਰਤ 'ਤੇ ਨਹੀਂ ਕਰਵਾਉਣੀ। ਜਿਹੜਾ ਵੀ ਰਿਸ਼ਤਾ ਹੁੰਦਾ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਛੱਡ ਦਿਓ, ਵੀ ਪਸ਼ੂਆਂ ਨਾਲ ਪਸ਼ੂ ਹੋਣਾ, ਬੇਵਕੂਫ ਮੰਨਦੇ ਨੇ। ਰਿਸ਼ਤੇ ਦੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਹੋ ਜਾਂਦੇ ਵੀ ਤਾਂ ਬੇਵਕੂਫੀ ਹੈ, ਬਸ ਉੱਥੇ ਗੱਲ ਖਤਮ ਹੋ ਜਾਂਦੀ ਹੈ। ਹੁਣ ਤੱਕ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਮੁਸ਼ਕਲਾਂ ਦੀ ਪਰਵਾਹ ਨਹੀਂ ਹੈ, ਮੈਂ ਮੁਸ਼ਕਲਾਂ ਦੀ ਗੱਲ ਨਹੀਂ ਕਰਦੀ, ਕਿਉਂਕਿ ਮੈਨੂੰ ਫੀਲ ਹੀ ਨਹੀਂ ਹੁਣ ਹੁੰਦੀਆਂ। ਸ਼ੁਰੂਆਤ 'ਚ ਸੀਗਾ ਵੀ ਪਤਾ ਨਹੀਂ ਕੀ ਹੋ ਜੂਗਾ, ਕਿੱਦਾਂ ਚੱਲਾਂਗੇ, ਮਤਲਬ ਹੁਣ ਮੇਰੇ ਲਈ ਮੁਸ਼ਕਲ ਜ਼ੀਰੋ ਹੈ। ਤੁਹਾਡੀ ਕੁਆਲੀਫਿਕੇਸ਼ਨ ਕਿੰਨੀ ਹੈ? MA ਪੋਲੀਟੀਕਲ ਸਾਇੰਸ। ਕਦੀ ਸੋਚਿਆ ਨਹੀਂ ਵੀ ਮੈਂ ਇੰਨੀ ਪੜ੍ਹੀ ਲਿਖੀ ਹਾਂ ਕਿਸੇ ਵਧੀਆ ਜੋਬ 'ਤੇ ਲੱਗਾਂ? ਨਾ ਜੀ ਨਾ, ਕਦੇ ਵੀ ਨਹੀਂ ਦਿਮਾਗ 'ਚ, ਨਾ ਬੈਲੈਂਸ ਦਾ ਕੋਈ ਪ੍ਰਭਾਵ, ਵੀ ਇੰਨਾ ਪੈਸਾ ਚੱਲਿਆ ਗਿਆ ਕੋਈ ਫਰਕ ਨਹੀਂ ਪੈਂਦਾ, ਹੈਗਾ ਜਿਹੜਾ ਉਹ ਵੀ ਚੱਲਿਆ ਜਾਵੇ, ਰਿਜ਼ਕ ਲਿਖਿਆ ਰੱਬ ਹੋਰ ਦਊਗਾ, ਜੋ ਚਲਾਉਣਾ ਸਭ ਰੱਬ ਚਲਾਉਂਦਾ ਉਹੀ ਚਲਾਊਗਾ, ਕੋਈ ਫਰਕ ਨਹੀਂ। ਹੋਰ ਤੁਸੀਂ ਆਪਣੇ ਕੀ ਇਹਨਾਂ ਲਈ ਵੇਚ ਚੁੱਕੇ ਹੋ, ਆਪਣਾ ਗੋਲਡ ਵਗੈਰਾ ਜਾਂ? ਹਾਂਜੀ, ਆਪਣੇ ਮੰਮੀ ਦੇ ਵਾਲੀਆਂ ਰਮੂਨ ਦੀਆਂ ਇੱਕ ਵਾਰੀ ਮਜਬੂਰੀ ਸੀ ਅਤੇ ਉਦੋਂ ਜ਼ਰੂਰਤ ਸੀ, ਕਿਸੇ ਤੋਂ ਮੰਗੇ ਨਹੀਂ ਅਤੇ ਉਦੋਂ ਵੇਚੇ ਸੀ। ਅਤੇ ਇਸ ਸਭ 'ਤੇ ਉਸਦੇ ਪਿਤਾ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ। ਬਾਪੂ ਜੀ, ਕੀ ਨਾਮ ਹੈ ਤੁਹਾਡਾ? ਮੈਂ ਨਾਮ ਰਣਜੀਤ ਸਿੰਘ ਹੈ ਜੀ। ਤੁਸੀਂ ਕਿਹੜੇ ਮਹਿਕਮੇ 'ਚੋਂ ਰਿਟਾਇਰ ਹੋਏ ਹੋ? ਸਿਹਤ ਵਿਭਾਗ 'ਚੋਂ ਰਿਟਾਇਰ ਹੋਏ ਜੀ, ਹੈਲਥ ਇੰਸਪੈਕਟਰ। ਅੱਛਾ, ਹੈਲਥ ਇੰਸਪੈਕਟਰ। ਹਾਂਜੀ। ਅਤੇ ਕਿੰਨੇ ਕੁ ਸਾਲਾਂ ਤੋਂ, ਜਿੱਦਾਂ ਕਿ ਬੱਚੀ ਨੇ ਦੱਸਿਆ ਕਿ 2007 ਤੋਂ ਤੁਸੀਂ ਸੇਵਾ ਕਰ ਰਹੇ ਹੋ, ਕਦੀ ਸੋਚਿਆ ਨਹੀਂ ਵੀ ਬੱਚੀ ਦਾ ਵਿਆਹ ਕਰ ਦਿੱਤਾ ਜਾਵੇ? ਮੈਂ ਤਾਂ ਅਸੀਂ ਚਾਹੁੰਦੇ ਸੀਗੇ ਵੀ ਇਹ ਜਦੋਂ ਡੰਗਰ, ਮੈਂ ਤੁਹਾਨੂੰ ਦੱਸਿਆ ਇੱਕ ਬਲਦ ਆ ਗਿਆ ਸੀ, ਅਸੀਂ 12 ਸਾਲ ਤੋਂ ਕਰਦੇ ਆਪਾਂ, ਹਾਂ ਅਤੇ 2007 ਤੋਂ, ਉਦੋਂ ਤੋਂ ਹੀ ਅਸੀਂ ਕਹਿੰਦੇ ਵੀ ਡੰਗਰ ਵੀ ਲੜਕਾ ਵਧੀਆ, ਸਾਨੂੰ ਇਹਦੇ ਵਿਚਾਰਾਂ ਦਾ ਹੀ ਨਹੀਂ ਮਿਲਿਆ ਕੋਈ, ਉਹ ਕਹਿੰਦਾ ਵੀ ਡੰਗਰ ਛੱਡ ਦਿਉ ਫਿਰ ਵਿਆਹ ਕਰਾਵਾਂਗੇ। ਅਤੇ ਹੁਣ ਜੇ ਕੋਈ ਚੰਗਾ ਕੋਈ ਲੜਕਾ ਮਿਲ ਜਾਵੇ ਇਹਨਾਂ ਦੀ, ਜਿਹੜਾ ਆਖੇ ਵੀ ਹਾਂ ਜੋ ਤੂੰ ਕੰਮ ਕਰ ਰਹੀ ਹੈ, ਹਾਂ ਅੱਜ ਵੀ ਅਸੀਂ ਕਹਿੰਦੇ ਇਹਨਾਂ ਦੇ ਵਿਚਾਰਾ ਲੜਕਾ ਮਿਲ ਜਾਵੇ, ਅੱਜ ਵੀ ਮੈਂ ਚਾਹੁੰਦਾ ਵਿਆਹ ਹੋ ਜਾਵੇ ਤਾਂ ਵਧੀਆ ਗੱਲ ਆ, ਪਰ ਇਹਦੇ ਵਿਚਾਰਾਂ ਦੇ ਆਪ ਇੱਕ ਰਾਹ ਨਹੀਂ ਰਹੇ ਵਿਆਹ, ਵੀ ਮੇਰੇ ਵਿਚਾਰਾਂ ਦਾ ਹੋਊਗਾ ਤਾਂ ਵਿਆਹ ਕਰਾਉਂਗੀ। ਖੰਨੇ ਤੋਂ ਸੰਜੇ ਸੈਣੀ ਦੀ ਰਿਪੋਰਟ, ਲੁਧਿਆਣਾ ਟਾਈਮਜ਼।